संत जनैत सिंह ढिंगा वाले की अंतम अरदास कदे नहीं होगी। बेशक जालम हुकूमत ने सानू ये भी दसिया कि संतान का शरीर कित्थे संस्कार किया गया, कित्थे फुल पाए गए, कित्थे भोग पाया गया। साडा वलैत का पढ़िया होया वकील दीप सिंह सिद्धू हुंदा ते सानू भी अपना हिस्सा खालिस्तान का मिल जाना सी। एहो जे दो वड्डे कतल होए है, एक लेबनान का प्राइम मिनिस्टर मार दिता सी जिवें सिद्धू साहब मारते है, पाकिस्तान की प्राइम मिनिस्टर बेनजीर भुट्टो मारती सी जिवें सिद्धू साहब नूं मारिया। संत जनैल सिंह भिंडरांवाले 72 घंटे दुश्मन दे नाल लड़ते रहे हैं, 72 गोलियां उन्हां दे सीने सीगियां ते हमला किन्ने कीता कांग्रेस ने ते बादल दलियां दी सलाह दे नाल। हुण तुसीं दसो, मैनू कहिंदे है टकसाली ਵੀ ਤੁਸੀਂ ਇਹ ਨਾ ਕਿਹਾ ਕਰੋ ਕਿ ਟਕਸਾਲ ਬਾਦਲ ਅਤੇ ਬੀਜੇਪੀ ਦੇ ਨਾਲ ਰਲ ਗਈ ਸੀ, ਤੁਸੀਂ ਕਿਹਾ ਕਰੋ ਧੁੰਮਾਂ ਜੀ ਰਲ ਗਏ ਸੀਗੇ। ਸਾਡੇ ਪਾਣੀਆਂ ਦਾ ਮਸਲਾ ਸੈਂਟਰ ਨੇ ਸਾਥੋਂ ਖੋਇਆ ਹੋਇਆ, ਜਦ ਕਾਨੂੰਨ ਅਤੇ ਰਿਪੇਰੀਅਨ ਕਾਨੂੰਨ ਕਹਿੰਦਾ ਇਹ ਪਾਣੀ ਸਾਡਾ, ਇਹਦੀ ਗੱਲ ਹੁਣ ਕੌਣ ਕਰੂਗਾ। ਤਰਨ ਤਾਰਨ ਸਾਹਿਬ ਤੋਂ ਐਮ ਪੀ ਬਣਾਇਆ, ਮੈਂ ਕਿਹਾ ਮੈਂ ਆਪਣੀ ਕਿਰਪਾਨ ਨਹੀਂ ਛੱਡੂੰਗਾ, ਮੇਰੇ ਰਾਜ ਭਾਗ ਦੀ ਨਿਸ਼ਾਨੀ ਹੈ। ਅਤੇ ਚੌੜਾ ਸਾਹਿਬ ਜਿਹੜੇ ਉਸ ਵੇਲੇ ਜਥੇਦਾਰ ਸੀ ਐਸ ਸੀ ਪੀ ਸੀ ਦੇ ਪ੍ਰਧਾਨ, ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਮਾਨ ਨੇ ਕਿਰਪਾਨ ਫੜ ਕੇ ਪਾਰਲੀਮੈਂਟ ਦੇ ਵਿੱਚ ਗੱਤਕਾ ਖੇਡਦਾ। ਸਤਿਕਾਰਯੋਗ ਸਤਿ ਸ੍ਰੀ ਜੀ, ਅੱਜ ਦੇ ਦਿਨ ਆਪਾਂ ਸਾਰੇ ਬੈਠੇ ਹਾਂ ਇੱਕ ਯੋਧੇ ਦੀ ਅਰਦਾਸ ਦੇ ਵਿੱਚ। ਅੰਤਮ ਅਰਦਾਸ ਕਦੇ ਨਹੀਂ ਹੁੰਦੀ ਯੋਧਿਆਂ ਦੀ, ਜਦੋਂ ਵੀ ਉਹ ਸਾਡੇ ਮਨ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹੈ ਉਦੋਂ ਉਹਨਾਂ ਦੀ ਅਰਦਾਸ ਹੁੰਦੀ ਰਹਿੰਦੀ ਹੈ। ਸੰਤ ਜਨੈਤ ਸਿੰਘ ਢਿੰਗਾਂ ਵਾਲਿਆਂ ਦੀ ਅੰਤਮ ਅਰਦਾਸ ਕਦੇ ਨਹੀਂ ਹੋਊਗੀ। ਬੇਸ਼ੱਕ ਜ਼ਾਲਮ ਹਕੂਮਤ ਨੇ ਸਾਨੂੰ ਇਹ ਵੀ ਦੱਸਿਆ ਕਿ ਸੰਤਾਂ ਦਾ ਸਰੀਰ ਕਿੱਥੇ ਸੰਸਕਾਰ ਕੀਤਾ ਗਿਆ, ਕਿੱਥੇ ਫੁੱਲ ਪਾਏ ਗਏ, ਕਿੱਥੇ ਭੋਗ ਪਾਇਆ ਗਿਆ। ਇਵੇਂ ਯੁੱਗ ਸਰਦਾਰ ਦੀਪ ਸਿੰਘ ਸਿੱਧੂ ਜੋ ਬਹੁਤ ਪੜ੍ਹੇ ਲਿਖੇ ਸਾਡੇ ਵਕੀਲ ਸੀਗੇ, ਇੰਗਲੈਂਡ ਤੋਂ ਵਕਾਲਤ ਕਰਕੇ ਆਏ ਸੀ, ਜਿੱਥੋਂ ਗਾਂਧੀ ਨਹਿਰੂ ਅਤੇ ਮੁਸਲਮਾਨਾਂ ਦਾ ਲੀਡਰ ਜਿਨ੍ਹਾਂ ਕਰਕੇ ਆਇਆ ਸੀ। ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਕਿ ਜਦੋਂ ਵੀ ਸਿੱਖ ਕੌਮ ਨੇ ਆਪਣੀ ਹੋਂਦ, ਆਪਣੇ ਰਾਜ, ਆਪਣੀ ਬਾਦਸ਼ਾਹੀ
ਦਾ ਫੈਸਲਾ ਕਰਨਾ ਹੁੰਦਾ ਉਸ ਵੇਲੇ ਮੇਚ ਦੇ ਉੱਤੇ ਜਦੋਂ ਹਿੰਦੂ ਅਤੇ ਮੁਸਲਮਾਨ ਨੂੰ ਆਜ਼ਾਦੀ ਮਿਲੀ ਹੈ 1947 ਹਿੰਦੂ ਨੂੰ ਇੰਡੀਆ ਮਿਲ ਗਿਆ ਮੁਸਲਮਾਨ ਨੂੰ ਪਾਕਿਸਤਾਨ ਮਿਲ ਗਿਆ ਇਹ ਵੰਡ ਮੇਚ 'ਤੇ ਹੋਈ ਸੀ ਅੰਗਰੇਜ਼ਾਂ ਦੇ ਨਾਲ ਬੈਠ ਕੇ ਹਿੰਦੂਆਂ ਵਾਲੇ ਪਾਸਿਓਂ ਗਾਂਧੀ ਅਤੇ ਨਹਿਰੂ ਸੀ ਬਹੁਤ ਵੱਡੇ ਵਲੈਤ ਦੇ ਪੜ੍ਹੇ ਹੋਏ ਵਕੀਲ ਮੁਸਲਮਾਨਾਂ ਵੱਲੋਂ ਮੁਹੰਮਦ ਅਲੀ ਜਿਨ੍ਹਾਂ ਸੀ ਬਹੁਤ ਵੱਡੇ ਇੰਗਲੈਂਡ ਤੋਂ ਪੜ੍ਹੇ ਹੋਏ ਵਕੀਲ ਇਹਨਾਂ ਨੇ ਦਲੀਲ ਦੇ ਕੇ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ ਉਹ ਤੋੜ ਕੇ ਆਪਣੇ ਆਪਣੇ ਹਿੱਸੇ ਲੈ ਗਏ ਪਰ ਮੈਂ ਹਮੇਸ਼ਾ ਬੋਲਦਾ ਕਿ ਉਸ ਮੇਚ ਦੇ ਉੱਤੇ ਜਦੋਂ ਇੰਡੀਆ ਦੀ ਵੰਡ ਹੋਈ ਹੈ ਉੱਥੇ ਟੇਬਲ ਦੇ ਉੱਤੇ ਮੇਚ 'ਤੇ ਸਾਡਾ ਵਲੈਤ ਦਾ ਪੜ੍ਹਿਆ ਹੋਇਆ ਵਕੀਲ ਦੀਪ ਸਿੰਘ ਸਿੱਧੂ ਹੁੰਦਾ ਅਤੇ ਸਾਨੂੰ ਵੀ ਆਪਣਾ ਹਿੱਸਾ ਖਾਲਿਸਤਾਨ ਦਾ ਮਿਲ ਜਾਣਾ ਸੀ ਪਰ ਅਫਸੋਸ ਹੈ ਉਸ ਵਕਤ ਸਾਡਾ ਲੀਡਰ 10ਵੀਂ ਜਾਂ 11ਵੀਂ ਪਾਸ ਸੀਗਾ ਉਹ ਇੱਡੇ ਵੱਡੇ ਦਲੀਲ ਵਾਲੇ ਵਕੀਲਾਂ ਦੇ ਵਿੱਚ ਬੈਠ ਕੇ ਆਪਣੀ ਮੰਗ ਨੂੰ ਸਿੱਖਾਂ ਦੀ ਨੂੰ ਨਹੀਂ ਰੱਖ ਸਕਿਆ ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ 1937 ਦੇ ਵਿੱਚ MLA ਚੁਣੇ ਗਏ ਜਿਹੜੀ ਪੰਜਾਬ ਦੀ ਅਸੈਂਬਲੀ ਲਾਹੌਰ ਦੇ ਵਿੱਚ ਸੀ ਉਹਦੇ ਮੈਂਬਰ ਸੀਗੇ ਉਹ ਮਾਸਟਰ ਤਾਰਾ ਸਿੰਘ ਦੇ ਬਹੁਤ ਨਜ਼ਦੀਕੀ ਸਪੋਰਟਰ ਸੀਗੇ ਉਹ ਪੜ੍ਹੇ ਲਿਖੇ ਸੀਗੇ ਪਰ ਲੀਡਰੀ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਦੇ ਹੱਥ ਦੇ ਵਿੱਚ ਸੀ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਮਾਸਟਰ ਜੀ ਹੁਣ ਵੇਲਾ ਹੈਗਾ ਗੱਲਾਂ ਮੇਜ 'ਤੇ ਹੋ ਰਹੀ ਹੈ ਕਿ ਅੰਗਰੇਜ਼ਾਂ ਤੋਂ ਬਾਅਦ ਕਿਹੜੀ ਕੌਮ ਦਾ ਅੱਗੇ ਕਿਸਮਤ ਖੁੱਲੂਗੀ ਤੁਸੀਂ ਅੰਗਰੇਜ਼ਾਂ ਦੇ ਨਾਲ ਆਪਣਾ ਵਫਦ ਭੇਜੋ ਮਾਸਟਰ ਜੀ ਕਹਿੰਦੇ ਜੋਗਿੰਦਰ ਸਿੰਘ ਤੈਨੂੰ ਅਜੇ ਤਜਰਬਾ ਨਹੀਂ ਹੈ ਬੇਸ਼ੱਕ ਸਰਦਾਰ ਜੋਗਿੰਦਰ ਸਿੰਘ ਉਸ ਵੇਲੇ MLA ਵੀ ਸੀਗੇ ਫੌਜ ਦੇ ਕਰਨਲ ਵੀ ਸੀਗੇ ਅਤੇ ਫਸਟ ਕਲਾਸ ਮੈਜਿਸਟਰੇਟ ਵੀ ਸੀਗੇ ਮਾਸਟਰ ਜੀ ਕਹਿੰਦੇ ਕਿ ਤੈਨੂੰ ਤਜਰਬਾ ਨਹੀਂ ਹੈ ਜਦੋਂ ਅਸੀਂ ਅੰਗਰੇਜ਼ਾਂ ਨੂੰ ਕੱਢਤਾ ਅਤੇ ਸਾਨੂੰ ਸਾਡਾ ਵੱਡਾ ਭਰਾ ਹਿੰਦੂ ਜੋ ਅਸੀਂ ਮੰਗਾਂਗੇ ਉਹ ਸਾਨੂੰ ਦੇ ਦੂਗਾ ਸਰ ਜੋਗਿੰਦਰ ਸਿੰਘ ਨੇ ਕਿਹਾ ਕਿ ਮਾਸਟਰ ਜੀ ਜਦੋਂ ਬਾਪ ਮਰ ਜਾਂਦਾ ਵੱਡਾ ਭਰਾ ਛੋਟੇ ਭਰਾਵਾਂ ਨੂੰ ਆਪਣਾ ਜਾਇਜ਼ ਹਿੱਸਾ ਦਿੰਦਾ ਮਾਸਟਰ ਜੀ ਕਹਿੰਦੇ ਨਹੀਂ ਨਹੀਂ ਤੈਨੂੰ ਅਜੇ ਤਜਰਬਾ ਨਹੀਂ ਜੋਗਿੰਦਰ ਸਿੰਘ
है नहीं साढ़े को सारा कुछ है। गांधी ते नेहरू ने साडे नाल वैदे करते है, तुसी साडे नाल रल जो तुहानू सारा कुछ मिल जूगा। हुण तुसी दसो जदों आपने तकदीर का कौम का फैसला करना हुंदा है उदों साडे तो क्यों नहीं हुंदा? हुण असी 20 मार्च नूं इलेक्शन हिस्सा लिया, 20 फरवरी आपने इलेक्शन हिस्सा लिया। भरावो बीबीओ जेड़ियां वोटां होंदियां एक कौम की तकदीर का फैसला कर दियां। अज सानू शस्त्र बंदूकां बंब अपनी तकदीर का फैसला करन दे लई नहीं चाहीदियां, क्यों करके वोट है बटन नपो ते वोट अमन पसंद तरीके दे नाल पै जांदी है। पर आपां ने की कीता? आपां ने फिर दिल्ली दी हुकूमत नूं आम आदमी पार्टी नूं वोटां पा के असेंबली दे विच भेजता। हुण सानू कोई विपता पऊगी असेंबली दे विच, साडी कोई गलबात हो सकूगी? अंग्रेजी दी कहावत है कि जिहड़ी सरकार लोक वोटां पा के बनाउंदे है उहदी जिम्मेवारी लोकां दी हुंदी है जिहड़े वोटां पा के सरकार नूं बनाउंदे है। हुण आम आदमी पार्टी नूं लगाम फड़ाती है, तुसीं इहदे विच्चों किसे नूं जाणदे करदे नहीं है। हुण दूजी वारी किन्नी वारी कदे बादल जिहड़ा सेंटर नाल चलदा है, कदे कांग्रेस जिहड़ी सेंटर नाल चलदी है, जिन्हां दोनों ने बादल किया ने ते कांग्रेस ने 1986 दे विच दरबार साहब दे उत्ते हमले किए है। चलो जे संगत दे विच इन्ना उदम नहीं है, पर जिहड़ी साडी दमदमी टकसाल है इहदे विच बहुत उच्चे विद्यार्थी पढ़ाए जांदे है, वह फिर जाके कथावाचक बनते हैं, वड्डे वड्डे गुरुद्वारे दे वजीर बनते हैं, उन्हां दे मुखी ने बाबा तुम्मे ने कहा कि ऐसी वोटां असी बादल ते बीजेपी नूं पाउणी है। हुण साध संगत जी संत जरनैल सिंह भिंडरां वाले 72 घंटे दुश्मन दे नाल लड़दे रहे है, 72 गोलियां उन्हां दे सीने च सीगियां ते हमला किन्ने कीता कांग्रेस ने ते बादल दलियां दी सलाह दे नाल, तलवंडी टोड़ा ये सारे विच्चे सी। संत जरनैल सिंह भिंडरांवाले नूं जे इंडिया जिम्मेवार है शहीद करन वाला, फिर बादलां दा नां असीं उहदे चों मिटा नहीं सकदे कि बादल दलिया ने भी दरबार साहब दे उत्ते हमले किए है। बाबा दीप सिंह टकसाल दे पहले जथेदार सी, जदों उन्हां नूं पता लग्या
कि अहमद शाह अब्दाली ने दरबार साहब के उत्ते हमला किया तो तलवंडी साहब तो बाबा दीप सिंह पलंगा पट के अंबरसर अपने टकसालिया नाल पहुंचे, अब्दाली ते अफगाना नाल लड़ाई की। बाबा दीप सिंह ने शहीदी पाई। मैं पूछ दे कि बाबा दीप सिंह तो बाद जे टकसाली जकरिया खान जा मत्सा रंगड़ दे नाल रल जांदे फिर टकसाल का की होना सी। हुण जे साडी टकसाल दे जथेदार बादल ते बीजेपी नूं वोटां पवाईआं फिर मैं समझदा मेरे दिल दे विच है कि ये शर्म की गल है। बाबा धम्मा जथेदार बनना चाहता सी टकसाल का। बाबे धम्मे ने मैनू कई टेलीफोन किए कि जे तुसी नहीं आओगे मेरी दस्तारबंदी दे उत्ते तां मैनू जथेदार नहीं प्रवान करना। मैं उस दिन जिदन दस्तारबंदी होनी सी ऑस्ट्रेलिया का दौरा कर जा रहा सी, पर बाबे धम्मे ने कहा जे तुसी ऑस्ट्रेलिया चले गए फिर एक चढ़दी कला का सिख जो मैं है ये टकसाल का जथेदार नहीं बन सकूगा। मेरी टिकट खरीदी हुई सी मैं कैंसल करती। बाबा धम्मा जी की दस्तारबंदी होगी जथेदार बन गए। जथेदार बनने तो बाद एससीपीसी दे इलेक्शन होए। मेरा लड़का ईमान सिंह अमलो तो खड़ा होया हुआ सी ते भाई ध्यान सिंह मान जिन्हां दे तीन भरा शहीद हो गए साडी आजादी की जंग दे विच ਉਹ ਧਰਮਕੋਟ ਤੋਂ ਖੜੇ ਹੋਏ ਸੀਗੇ। ਬਾਬਾ ਧੰਮਾ ਮੇਰੇ ਲੜਕੇ ਦੇ ਖਿਲਾਫ ਤੇ ਭਾਈ ਮੰਡ ਦੇ ਖਿਲਾਫ ਪ੍ਰਚਾਰ ਕਰਨ ਆਏ। ਅਸੀਂ ਹਾਰ ਗਏ। ਹੁਣ ਤੁਸੀਂ ਦੱਸੋ ਮੈਨੂੰ ਕਹਿੰਦੇ ਹੈ ਟਕਸਾਲੀ ਵੀ ਤੁਸੀਂ ਇਹ ਨਾ ਕਿਹਾ ਕਰੋ ਕਿ ਟਕਸਾਲ ਬਾਦਲ ਅਤੇ ਬੀਜੇਪੀ ਦੇ ਨਾਲ ਰਲ ਗਈ ਸੀ। ਤੁਸੀਂ ਕਿਹਾ ਕਰੋ ਧੁੰਮਾ ਜੀ ਰਲ ਗਏ ਸੀਗੇ। ਹੁਣ ਸਾਧ ਸੰਗਤ ਜੀ ਜੇ ਮੈਂ ਦੁਸ਼ਮਣ ਦੇ ਨਾਲ ਰਲ ਜਾਵਾਂ ਤਾਂ ਤੁਸੀਂ ਇਹੀ ਕਹੋਗੇ ਕਿ ਅਕਾਲੀ ਦਲ ਦੇ ਜਥੇਦਾਰ ਦੁਸ਼ਮਣਾਂ ਨਾਲ ਜਾ ਕੇ ਬਹਿ ਗਏ ਹੈ। ਸਾਰੀ ਪਾਰਟੀ ਦੀ ਬਦਨਾਮੀ ਹੋਊਗੀ ਅਤੇ ਇਹਦਾ ਉੱਤਰ ਇਹੀ ਹੈ ਕਿ ਜੇ ਤੁਸੀਂ ਆਪਣੀ ਬਦਨਾਮੀ ਨਹੀਂ ਕਰਨੀ ਫਿਰ ਜਾਂ ਤਾਂ ਉੱਥੇ ਜਥੇਦਾਰ ਤਬਦੀਲ ਕਰੋ ਜਾਂ ਇਹੋ ਜਿਹੇ ਜਥੇਦਾਰ ਜਿਹਨੇ ਪੰਥ ਦੇ ਨਾਲ ਗਰਦਾਰੀ ਕੀਤੀ ਹੈ ਉਸ ਨੂੰ ਹਟਾਇਆ ਜਾਵੇ। ਇਹ ਮੇਰੀ ਦਲੀਲ ਹੈ। ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਕਿਉਂ ਕਰਕੇ ਸਰਦਾਰ ਸਿੱਧੂ ਨੇ
ਸਾਡਾ ਬੜਾ ਵੱਡਾ ਲੀਡਰ ਮੰਨਣਾ ਸੀ ਜਿਹੜਾ ਮੈਦਾਨ ਦੇ ਵਿੱਚ ਵੀ ਤੁਹਾਡੇ ਨਾਲ ਬੈਠ ਕੇ ਗੱਲ ਕਰ ਸਕਦਾ ਸੀ ਜਥੇ ਚਲਾ ਸਕਦਾ ਸੀ ਸਰਕਾਰ ਦੇ ਖਿਲਾਫ ਖੜ ਸਕਦਾ ਸੀ ਤੇ ਮੇਜ਼ ਦੇ ਉੱਤੇ ਉਸ ਨੂੰ ਕੋਈ ਵਕੀਲ ਹਰਾ ਨਹੀਂ ਸੀ ਸਕਦਾ। ਹੁਣ ਜੇ ਲੀਡਰ ਆਪਾਂ ਨੇ ਇਹੋ ਜਿਹੇ ਬਣਾਉਣੇ ਹੈ ਆਪਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਤੁਸੀਂ ਆਪਣੇ ਦਿਲ ਨੂੰ ਖਰੋਲ ਕੇ ਦੇਖੋ ਕਿ ਜਦੋਂ ਵੀ ਰਾਜ ਕਰਨ ਦੀ ਵਾਰੀ ਸਿੱਖਾਂ ਦੀ ਆਊਗੀ ਉਦੋਂ ਅਸੀਂ ਜਿਨ੍ਹਾਂ ਨੇ ਗੁਲਾਮ ਬਣਾਇਆ ਉਹਨਾਂ ਦੇ ਮਤਹਿਤ ਰਹਿਣਾ। 1947 'ਚ ਵੀ ਇਹੀ ਗੱਲ ਹੋਈ, ਆ 20 ਫਰਵਰੀ ਨੂੰ ਵੀ ਉਹੀ ਗੱਲ ਹੋਈ। ਹੁਣ ਆਮ ਪਾਰਟੀ ਨੇ 5 ਮੈਂਬਰ ਰਾਜਿਆ ਸਭਾ ਦੇ ਵਿੱਚ ਭੇਜੇ ਆ ਪਾਰਲੀਮੈਂਟ, ਜਿਹੜੀ ਰਾਜਿਆ ਸਭਾ ਹੁੰਦੀ ਹੈ ਪਾਰਲੀਮੈਂਟ ਦੀ, ਇਹਦੇ ਵਿੱਚ ਮੈਂਬਰ ਸਿਰਫ ਉਹ ਸੂਬੇ ਤੋਂ ਜਾਂਦੇ ਹੈ ਜਿਹੜੇ ਉਹ ਸੂਬੇ ਦੇ ਨਿਵਾਸੀ ਹੋਣ। ਕਿਉਂ ਕਰਕੇ ਰਾਜਿਆ ਸਭਾ ਪਾਰਲੀਮੈਂਟ ਦੇ ਵਿੱਚ ਆਪਣੇ ਸਟੇਟ ਅਤੇ ਸੂਬੇ ਦੀ ਗੱਲ ਹੁੰਦੀ ਹੈ। ਜਿਵੇਂ ਸਾਡੇ ਪਾਣੀਆਂ ਦਾ ਮਸਲਾ, ਸੈਂਟਰ ਨੇ ਸਾਥੋਂ ਖੋਇਆ ਹੋਇਆ, ਜਦ ਕਾਨੂੰਨ ਅਤੇ ਰਿਪੇਰੀਅਨ ਕਾਨੂੰਨ ਕਹਿੰਦਾ ਇਹ ਪਾਣੀ ਸਾਡਾ, ਇਹਦੀ ਗੱਲ ਹੁਣ ਕੌਣ ਕਰੂਗਾ? ਜਿਹੜੇ 5 ਬੰਦੇ ਆਮ ਪਾਰਟੀ ਨੇ ਰਾਜਿਆ ਸਭਾ ਪਾਰਲੀਮੈਂਟ ਦੇ ਵਿੱਚ ਭੇਜਦੇ ਹੈ, ਹੁਣ ਜੇ ਅਸੀਂ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਨਹੀਂ ਮਾਰੀ ਤਾਂ ਮੇਰੇ ਮਾਰ ਦਿਓ ਕਿ ਮੈਂ ਝੂਠ ਬੋਲ ਰਿਹਾ। ਕਿ ਅਸੀਂ ਹਮੇਸ਼ਾ ਉਹ ਟਹਿਣੀ ਦੇ ਉੱਤੇ ਬੈਠਣਾ ਜਿਹਨੂੰ ਪਿੱਛੋਂ ਅਸੀਂ ਵੱਢ ਦੇਣਾ? ਇਹਦੇ ਵਿੱਚ ਕੀ ਦਲੀਲ ਹੈ ਕਿ ਅਸੀਂ ਆਪਣੀ ਕੌਮੀਅਤ ਨੂੰ ਮਰਾਦਾ ਆਮ ਪਾਰਟੀ ਲੈ ਆਉਂਦੀ ਹੈ? ਹੁਣ ਲੈ ਲਿਓ ਮਜ਼ਾ, ਮਜ਼ਾ ਤਾਂ ਮੈਂ ਵੀ ਲਊਂਗਾ, ਕਿਉਂ ਕਰਕੇ ਤੁਹਾਨੂੰ ਤਾਂ ਛੱਡ ਨਹੀਂ ਮਿਲ ਸਕਦਾ, ਮੈਂ ਵੀ ਤੁਹਾਡੇ ਨਾਲ ਮਜ਼ੇ ਲਊਂਗਾ। ਕੌਮ ਦੇ ਨਾਲ ਮੈਨੂੰ ਚੱਲਣਾ ਪਊ, ਕੌਮ ਦੇ ਲਈ ਮੈਂ ਆਪਣੀ ਨੌਕਰੀ ਛੱਡੀ ਹੈ, ਕੌਮ ਦੇ ਲਈ ਜਿਵੇਂ ਤੁਸੀਂ ਦੁੱਖ ਝੱਲੇ ਹੈ ਉਹਦੇ ਬਰਾਬਰ ਦੁੱਖ ਝੱਲੇ ਹੈ। ਆਪ ਵੀ ਮਰ ਗਏ ਹੋ, ਮੈਨੂੰ ਵੀ ਮਰਾਉਂਗੇ, ਮਾਰਤਾ ਹੈ। ਹੁਣ ਮੈਂ ਕੁਛ ਨਹੀਂ ਕਹਿ ਸਕਦਾ, ਸਿੱਧੂ ਸਾਹਿਬ ਨੂੰ ਮਰਵਾਇਆ ਗਿਆ, ਕਿਉਂ ਕਰਕੇ ਇਹ ਸਾਡਾ ਲੀਡਰ ਹੈ ਦੁਨੀਆ ਦੇ ਵਿੱਚ। ਇਹੋ ਜਿਹੇ 2 ਵੱਡੇ ਕਤਲ ਹੋਏ ਹੈ, ਇੱਕ ਲੈਬਨੋਨ ਦਾ ਪ੍ਰਾਈਮ ਮਿਨਿਸਟਰ ਮਾਰ ਦਿੱਤਾ ਸੀ ਜਿਵੇਂ ਸਿੱਧੂ ਸਾਹਿਬ ਮਾਰਤੇ ਹੈ, ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਮਾਰਤੀ ਸੀ ਜਿਵੇਂ ਸਿੱਧੂ ਸਾਹਿਬ ਨੂੰ ਮਾਰਿਆ, ਵਲਾਇਤ ਦੀ ਬਰਤਾਨੀਆ ਦੀ ਰਾਜਕੁਮਾਰੀ ਡਾਇਨਾ ਮਰਵਾਤੀ ਸੀ। ਇਹਨਾਂ ਸਾਰੇ ਕਤਲਾਂ ਦੇ ਵਿੱਚ ਇੰਟਰਨੈਸ਼ਨਲ ਪੱਧਰ UN ਦੇ ਮਤਹਿਤ ਇਹਨਾਂ ਦੀਆਂ ਤਫਤੀਸ਼ਾਂ ਹੋਈਆਂ। ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਾਹਿਬ ਦੀ ਕਤਲ ਦਾ ਵੀ ਇਸੇ ਤਰ੍ਹਾਂ UN ਦੇ ਰਾਹੀਂ ਇਹਨਾਂ ਦੇ ਸ਼ਹਾਦਤ ਦੀ ਤਫਤੀਸ਼ ਕੀਤੀ ਜਾਵੇ। ਅਸੀਂ ਕਰਾਂਗੇ, ਬਾਹਰ ਦੇ ਮੁਲਕਾਂ ਨੂੰ ਜਿੰਨੇ ਸਿੱਖ ਵੱਸਦੇ ਹੈ
ਉਹਨਾਂ ਨੂੰ ਪੁੱਛਾਂਗੇ ਕਿ ਜਿਹੜੀ ਕੌਮ ਦੇ ਦਾਣੇ ਮੁੱਕ ਗਏ ਹੈ ਉਹ ਯੂਐਨਓ ਤੋਂ ਇਹੋ ਜਿਹੀ ਤਫਤੀਸ਼ ਕਰਾ ਸਕਦੀ ਹੈ। ਸੋ ਇਹ ਖਾਲਸਾ ਜੀ ਸਾਰੀਆਂ ਚੀਜ਼ਾਂ ਹੈਗੀਆਂ। ਮੈਨੂੰ ਸ਼ਾਇਦ ਤੁਸੀਂ ਲੀਡਰ ਸਮਝਦੇ ਹੋਵੋਗੇ, ਪਰ ਅੱਜ ਸਿੱਖ ਕੌਮ ਦੇ ਕੋਲ ਕੋਈ ਲੀਡਰ ਨਹੀਂ ਹੈ, ਕੋਈ ਜਥੇਦਾਰ ਨਹੀਂ ਹੈ। ਅਸੀਂ ਜਿਵੇਂ ਮਾਘੀ ਦੇ ਮੇਲੇ ਦੇ ਉੱਤੇ ਗੁਆਚੀਆਂ ਹੋਈਆਂ ਗਊਆਂ ਫਿਰਦੀਆਂ, ਅੱਜ ਅਸੀਂ ਇਸ ਤਰ੍ਹਾਂ ਫਿਰ ਰਹੇ ਹਾਂ ਜਿਵੇਂ ਗੁਆਚੀਆਂ ਹੋਈਆਂ ਗੋਈਆਂ ਗਊਆਂ ਫਿਰਦੀਆਂ। ਇਹਦਾ ਇਲਾਜ ਹੁਣ ਕੀ ਕਰ ਸਕਦੇ ਹਾਂ ਇਹਦਾ ਅਸੀਂ ਸੋਚਾਂਗੇ। ਜਿਹੜੇ ਸਾਡੇ ਪੰਜਾਬ ਦੇ ਵਾਰਸ ਦੇ ਜਥੇਦਾਰ ਹੈ ਇਹਨਾਂ ਦਾ ਬਹੁਤ ਜ਼ੋਰ ਹੈ ਦੁਨੀਆ 'ਚ। ਹੁਣ ਇਸ ਜਥੇਬੰਦੀ ਦਾ ਜਥੇਦਾਰ ਸਰਦਾਰ ਅੰਮ੍ਰਿਤਪਾਲ ਸਿੰਘ ਦੁਬਈ ਬੈਠੇ ਹੈ, ਕਲਸੀ ਸਾਹਿਬ ਬਹੁਤ ਲੈਕ ਇਸ ਦੇ ਜਥੇਦਾਰ ਹੈ ਜਿਨ੍ਹਾਂ ਦੀ ਮੈਂ ਬਹੁਤ ਇੱਜ਼ਤ ਕਰਦਾ। ਹਾਂ ਫਿਰ ਸਾਡੇ ਕਾਂਗਲਾ ਸਾਹਿਬ ਹੈ ਉਹ ਵੀ ਬਹੁਤ ਲੈਕ ਹੈ, ਸਾਰੀ ਕਮੇਟੀ ਬਹੁਤ ਲੈਕ ਹੈ ਅਤੇ ਅੱਜ ਇਸ ਕਮੇਟੀ ਨੇ ਇੱਥੇ ਅੱਜ ਇਕੱਠ ਕੀਤਾ ਹੈ ਸਿੱਧੂ ਸਾਹਿਬ ਦਾ ਕਿ ਅਸੀਂ ਕਦੇ ਜਿੱਤ ਦੀ ਖੁਸ਼ੀ ਦਾ ਇਕੱਠ ਕਦੇ ਕਰਾਂਗੇ, ਕਦੇ ਜਿੱਤਾਂਗੇ। ਇਹ ਮੈਂ ਤੁਹਾਡੇ ਦਿਲ ਨੂੰ ਅੱਜ ਪੁੱਛ ਰਿਹਾ ਹਾਂ। ਰਾਤ ਨੂੰ ਜਦੋਂ ਤੁਸੀਂ ਬਿਸਤਰੇ 'ਤੇ ਪਾਓਗੇ, ਸਰਾਣੇ 'ਤੇ ਸਿਰ ਰੱਖੋਗੇ, ਕੀਰਤਨ ਸੋਹਲਾ ਪਾਠ ਕਰ ਲਓਗੇ, ਫਿਰ ਚੁੱਪ ਕਰਕੇ ਸੋਚਿਓ ਕਿ ਸਿਮਰਨਜੀਤ ਸਿੰਘ ਮਾਨ ਨੇ ਕੀ ਕਿਹਾ ਕਿ ਸਾਡੇ ਕੋਲ ਹੁਣ ਲੀਡਰ ਹੈ ਨਹੀਂ ਕਿ ਅਸੀਂ ਖੁਦ ਜ਼ਿੰਮੇਵਾਰ ਹੈ ਕਿ ਅਸੀਂ ਆਪਣਾ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ ਮੋਗਲ ਹਕੂਮਤ ਗੈਰ ਮੁਸਲਮਾਨ ਨੂੰ ਕਿਰਪਾਨ ਨਹੀਂ ਸੀ ਚੱਕਣ ਦਿੰਦੀ, ਨਾ ਬਾਜ ਦੇ ਨਾਲ ਸ਼ਿਕਾਰ ਖੇਡਣ ਦਿੰਦੀ ਸੀ, ਨਾ ਤਾਜ ਪਹਿਨਣ ਦਿੰਦੀ ਸੀ, ਨਾ ਘੋੜੇ ਦੀ ਸਵਾਰੀ ਕਰਨ ਦਿੱਤੀ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀ ਕੌਮ ਰਾਜ ਕਰਦੀ ਹੁੰਦੀ ਹੈ ਉਸ ਨੂੰ ਦਿੱਤੀਆਂ ਸੀ। ਸਤਿਸੰਗ ਜੀ ਯਾਦ ਰੱਖੋ, ਜਦੋਂ ਤੁਸੀਂ ਮੈਨੂੰ ਫਾਂਸੀ ਤੋਂ ਛੁਡਾ ਕੇ ਤਰਨ ਤਾਰਨ ਸਾਹਿਬ ਤੋਂ MP ਬਣਾਇਆ, ਮੈਂ ਕਿਹਾ ਮੈਂ ਆਪਣੀ ਕਿਰਪਾਨ ਨਹੀਂ ਛੱਡੂੰਗਾ, ਮੇਰੇ ਰਾਜ ਭਾਗ ਦੀ ਨਿਸ਼ਾਨੀ ਹੈ। ਪਰ ਪਤਾ ਹੈ ਮੈਂ ਕਿਹਾ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਜਾਊਂਗਾ, ਕਿਉਂ ਕਰਕੇ ਸੰਵਿਧਾਨ ਕਹਿੰਦਾ ਕਿ ਸਿੱਖ ਆਪਣੀ ਕਿਰਪਾਨ ਪਹਿਣ ਵੀ ਸਕਦਾ ਹੈ ਅਤੇ ਰੱਖ ਵੀ ਸਕਦਾ, ਪਰ ਹਿੰਦੁੱਤਵ ਦੀ ਸਰਕਾਰ ਮੰਨੀ ਨਹੀਂ। ਮੈਂ ਨਹੀਂ ਗਿਆ ਪਾਰਲੀਮੈਂਟ, ਮੈਂ ਕਿਹਾ ਜਿਹੜਾ ਮੇਰਾ ਹੱਕ ਹੈ ਜਿਹੜਾ ਹਰਗੋਬਿੰਦ ਸਾਹਿਬ ਨੇ ਦਿੱਤਾ ਹੈਗੇ, ਅਸੀਂ ਗੁਲਾਮ ਹੈ ਪਰ ਸਾਡੀ ਕੌਮ ਨੂੰ ਕਿਰਪਾਨ
राज भाग की निशानी दिती है ते टोड़ा साहब जेडे उस वेले जथेदार सी एस सी पी सी के प्रधान उन्होंने पता की कहा कहिंदे मान ने कृपान फड़ के पार्लीमेंट दे विच गतका खेडना ये साडा जथेदार एस सी पी सी का कह रहा है। फिर साध संगत जी मैं ते तुसी अंत दे विच यही मैं कहना चाहुंदा है थोड़ा बादल सारे कि जे पार्लीमेंट जाके मान ने कृपान नाल गतका खेडना है सारी कौम मेरे नाल नाराज होगी। तो किसी का बंदा मैनू पुछदा सी तू पार्लीमेंट दे विच क्यों नहीं गया, तू कृपान बाहर रख दिंदा। जे मैं बाहर रख दिंदा तो जिहड़ा संविधानक हक मैनू मिलिया उसनू इस्तेमाल ना करदा। उस वेले अग लगी हुई सी सिंह मैदान दे विच खालिस्तान की लड़ाई कर रहे सीगे, वो की कहिंदे कि असी हुकूमत साडियां छातियां हुकूमत दी बंदूकां ने बिन्नियां हुई हैं। ते सिमरनजीत सिंह मान जिहड़ा गुरु हरगोबिंद साहब ने ते संविधान ने हक दिता वो भी पार्लीमेंट नहीं लेके गया। तुसी आप पिंडां दे विच पुछियो जे तुसी सारिया ने यह गल्लां नहीं कीतियां उदों मेरे नाल नफरत पैदा करती। जदों मैं खड़दे कैनेडा दे अमरीका दे बलैथ दे जिहड़े सिख हैं जिन्हां दी इन्नी सेवा कीती है ये आम पार्टी नूं दब के पैसे भेजते रहे हैं। सो साध संगत जी मैं तुहानूं नहीं कहना क्यों करके तुसी साडी कौम हो, मैं तुहाडा हिस्सा है। ते जे कोई कह दे कि सिमरनजीत सिंह मान ते सिख कौम छित्रां दे यार ने ते माड़ा नहीं होगा, सच होगा कि असी बन गए हैं छित्रां दे यार। सो इन्हां चीज़ां दे नाल मैं माफ़ी मांगदा कि इहो जी गल मैं कीती है, अफसोस दी कि अजे साडे कोले हुण कोई चीज़ नहीं है। दाड़ियां असी मुन रहे हैं, केस असी कट्टी जांदे हैं, हिंदुआं दी तादाद वधदी जांदी है, असी हिंदुआं दे नाल रली जांदे हैं, उन्हां नूं वोटां पाउंदे हैं, तां फिर साडा की बणूगा। मैं कौम नूं नहीं कहा, मैं कौम दे नाल रहना। हुण सानूं दोनां नूं कौम नूं ते मैनूं पैणी है छित्तर, उहदे लई हो जाइए तैयार। क्यों करके तुसी ते मैं जो रिजल्ट निकली इलेक्शनां दे इह सिद्धा दसदे है कि इह कौम ते सिमरनजीत सिंह मान सारे असी छित्तरां दे यार हैं। वाहिगुरू जी का खालसा, वाहिगुरू जी की फतेह।